ਇਹ ਕਵਰਾਂ ਵਾਲਾ ਹੀ ਤੇ ਸਭ ਤੋਂ ਪਹਿਲਾਂ ਸੀਰੀਆ ਤੇ ਤੁਰਕੀ ਦੇ ਵਿੱਚ ਜੋ ਪਚਾੜਾ ਆ ਉੱਥੇ ਮਰਨ ਵਾਲਿਆਂ ਦੀ ਗਿਣਤੀ ਹੁਣ 5100 ਤੋਂ ਵੀ ਵੱਧ ਹੋ ਗਈ ਆ ਕਹਿੰਦੇ ਭਈ ਇਸ ਸੈਂਚਰੀ ਦਾ ਸਭ ਤੋਂ ਵੱਡਾ ਜੋ ਪਚਾੜਾ ਉੱਥੇ ਆਇਆ ਤੇ ਡਾਕਟਰਜ਼ ਬੜੀ ਕੋਸ਼ਿਸ਼ ਕਰ ਰਹੇ ਆ ਲੋਕਾਂ ਨੂੰ ਉੱਥੇ ਸੇਵ ਕਰਨ ਦੀ ਜੋ ਫਟੜ ਹੋਏ ਆ ਪਰ ਬਹੁਤ ਜ਼ਿਆਦਾ ਜੋ ਮੁਸ਼ਕਲਸ ਆ ਉਹ ਉਹ ਉਹਨਾਂ ਨੂੰ ਆ ਰਹੀਆਂ ਹੈਗੀਆਂ 7.8 ਮੈਗਨੀਚਿਊਡ ਰਿਚਰਡਸ ਸਕੇਲ ਦੇ ਉੱਤੇ ਜੋ ਭਚਾਲ ਆਇਆ ਇਸ ਨੇ ਪੂਰੀ ਤਰ੍ਹਾਂ ਟਰਕੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਟਰਕਿਸ਼ ਪ੍ਰੈਜ਼ੀਡੈਂਟ ਰੈਸਿਪ ਟਾਈਪ ਏਰਦੋਗਨ ਨੇ ਸਟੇਟ ਆਫ ਐਮਰਜੈਂਸੀ 3 ਮਹੀਨਿਆਂ ਦੇ ਲਈ 10 ਜੋ ਰੀਜਨਸ ਆ ਉੱਥੇ ਦੇ ਉੱਥੇ ਡਿਕਲੇਅਰ ਕਰ ਦਿੱਤੀ ਹੈਗੀ ਆ ਬਹੁਤ ਸਾਰੀਆਂ ਬਿਲਡਿੰਗਸ ਕਲੈਪਸ ਹੋ ਚੁੱਕੀਆਂ ਆ ਤੇ ਲੋਕ ਹਜੇ ਵੀ ਨੱਠ ਭੱਜ ਕਰ ਰਹੇ ਆ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਜੋ ਵੀ ਦੋਸਤ ਮਿੱਤਰ ਆ ਉਹਨਾਂ ਨੂੰ ਇਸ ਜੋ ਰੁਵਲਾ ਇਕੱਠਾ ਹੋਇਆ ਆ ਜੋ ਮਲਵਾ ਇਕੱਠਾ ਆ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਹਾਲਾਂਕਿ 터ਕੀ ਕਹਿੰਦੇ ਪਿਛਲੇ ਤੇ ਸੀਰੀਆ ਪਿਛਲੇ ਸਾਲਾਂ ਦੇ ਦੌਰਾਨ ਬਹੁਤ ਬਾਰ ਵਾਰ ਦੇ ਵਿੱਚੋਂ ਡਿਸਪਲੇਸਮੈਂਟ ਇਕਨੋਮਿਕ ਹਾਰਡਸ਼ਿਪ ਦੇ ਵਿੱਚੋਂ ਨਿਕਲੇ ਆ ਪਰ ਆ ਇਸ ਦੇ ਨਾਲ ਹੋਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ ਮੌਤਾਂ ਦੀ ਗਿਣਤੀ ਮੈਂ ਤੁਹਾਨੂੰ ਦੱਸੀ ਹੀ ਦਿੱਤੀ ਆ ਆਰਥਸ਼ੇਕ ਇੰਨਾ ਸੌਂਗ ਸੀ 터키 ਸੀਰੀਆ ਤੋਂ ਬਿਨਾਂ ਲੈਬਨਾਨ ਜਾਰਡਨ ਇਜ਼ਰਾਈਲ ਈਜੀਪਟ ਤੱਕ ਵੀ ਲੋਕਾਂ ਵੱਲੋਂ ਫੀਲ ਕੀਤਾ ਗਿਆ ਸਿਕਾ ਸਭ ਤੋਂ ਮਾੜੀ ਸਿਚੁਏਸ਼ਨ ਸੀਰੀਆ ਦੇ ਵਿੱਚ ਆ ਕਿਉਂਕਿ ਵਾਰਟਰਨ ਸਿਟੀ ਹੈਗੀ ਆ ਰਿਫਿਊਜੀ ਜਿਸ ਏਰੀਆ ਚ ਰਹਿੰਦੇ ਸੀ ਤੁਰਕੀ ਦੇ ਬਾਰਡਰ ਦੇ ਲਾਗੇ ਉੱਥੇ ਬਹੁਤ ਵੱਡਾ ਭਚਾਲ ਆਇਆ ਤੇ ਉਹਨਾਂ ਤੱਕ ਹਜੇ ਤੱਕ ਕੋਈ ਜੋ ਹੈਲਪ ਆ ਉਹ ਸਿੱਧੀ ਨਹੀਂ ਪਹੁੰਚ ਰਹੀ ਹੈਗੀ ਜੀ ਬਿਲਕੁਲ ਹਰਜੋਤ ਸਿੰਘ ਜੀ ਬਹੁਤ ਇਹ ਜਿਹੜਾ ਭਿਆਨਕ ਮੰਜ਼ਰ ਜਿਹੜਾ ਆ ਉਹ ਦੇਖਿਆ ਗਿਆ ਹੈ ਸੋ ਕਿਉਂਕਿ ਕੱਲਾ 1 ਨਹੀਂ ਇਸ ਤੋਂ ਮਗਰੀ ਜਿਹੜਾ ਇੱਕ ਹੋਰ 7.5 ਤੀਬਰਤਾ ਦਾ ਜਿਹੜਾ ਆ ਉਹ ਮੈਗਨੀਚਿਊਡ ਵਾਲਾ ਐਡਾ ਤਕੜਾ ਉਹ ਆਫਟਰ ਸ਼ੌਕ ਆਇਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ 1/3 5.0 ਦਾ ਜਿਹੜਾ ਆ ਉਹ ਵੀ ਝਟਕਾ ਉੱਥੇ ਮਹਿਸੂਸ ਕੀਤਾ ਗਿਆ ਸੀਗਾ ਸੋ ਇਹ ਕਾਫੀ ਜਿਹੜੀ ਸਥਿਤੀ ਹੋ ਮਾੜੀ ਐ ਸਟੰਬਣੀ ਪਈ ਆ ਦੁਨੀਆ ਭਰ ਦੇ ਵਿੱਚੋਂ ਰਾਹਤ ਕਾਰਜਾਂ ਦੇ ਲਈ ਟੀਮਾਂ ਜਿਹੜੀਆਂ ਮੁਲਕ ਆਪੋ ਆਪਣੇ ਉੱਥੇ ਨੂੰ ਘੱਲ ਰਹੇ ਨੇ ਇਹ ਆંકડા ਜਿਹੜਾ ਕਹਿੰਦੇ ਵੀ 8 ਗੁਣਾ ਵੀ ਵੱਧ ਸਕਦਾ ਹੈ ਇਹ ਕਿੱਸ ਰਹੀਆਂ ਕੱਲ ਦੀਆਂ ਜਿਹੜੀਆਂ ਉਹ ਲੱਗ ਰਹੀਆਂ ਸੀ ਅਕਸਰ ਜਦੋਂ ਪੁੱਛਾ ਲੋਂਦਾ ਆ ਕਹਿੰਦੇ ਵੀ ਜਿਹੜੇ ਐਨੀਮਲਸ ਆ ਜਾਨਵਰ ਆ ਉਹਨਾਂ ਨੂੰ ਉਸ ਸਮਾਂ ਪਹਿਲਾਂ ਜਿਹੜਾ ਪਤਾ ਲੱਗ ਜਾਂਦਾ ਆ ਇਹੀ ਚੀਜ਼ ਕਹਿੰਦੇ ਆ ਟਰਕੀ ਦੇ ਵਿੱਚ ਵੀ ਦੇਖੀ ਗਈ ਜਿਹੜੇ ਬਰਡ ਸੀਗੇ ਪੰਛੀ ਸੀਗੇ ਉਹ ਉਹਨਾਂ ਨੇ ਇੱਕਦਮ ਸਾਰਿਆਂ ਨੇ ਉੱਡਣਾ ਸ਼ੁਰੂ ਕਰ ਦਿੱਤਾ ਕੁੱਤਿਆਂ ਨੇ ਜਿੱਦਾਂ ਉਹ ਭੌਂਕਦੇ ਆ ਜਦੋਂ ਰੋਂਦੇ ਹੁੰਦੇ ਆ ਉਦਾਂ ਜਿਹੜਾ ਹਾਊਲ ਕਰਨਾ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਇਹ ਅਕਸਰ ਹਰ ਵਾਰੀ ਇਦਾਂ ਦੀ ਚੀਜ਼ ਪਹਚਾਲ ਤੋਂ ਪਹਿਲਾਂ ਨੋਟ ਕੀਤੀ ਗਈ ਹੈਗੀ ਆ ਸੋ ਕਹਿੰਦੇ ਵੀ ਕਈ ਜਿਹੜੀ ਸੈਂਟੀਫਿਕ ਰਿਸਰਚ ਆ ਉਹ ਵੀ ਇਸ ਚ ਨੂੰ ਜਿਹੜੀ ਉਹ ਸਪੋਰਟ ਕਰਦੀ ਆ ਵੀ ਜਿਹੜੇ ਇਨਸਾਨ ਦੀ ਬਾਡੀ ਇਨਾ ਟ੍ਰੈਮਰਸ ਨੂੰ ਇਨਾ ਝਟਕਿਆਂ ਨੂੰ ਮਹਿਸੂਸ ਨਹੀਂ ਕਰਦੀ ਜਾਨਵਰ ਜਿਹੜੇ ਆ ਉਹਨਾਂ ਨੂੰ ਜਲਦੀ ਮਹਿਸੂਸ ਕਰ ਲੈਂਦੇ ਆ ਇਫੇਰ ਉਸ ਤੋਂ ਪਹਿਲਾਂ ਉਹ ਆਪਣਾ ਰਵਈਆ ਕਿਤੇ ਨਾ ਕਿਤੇ ਬਦਲਦੇ ਆ ਆਲਦੋ ਬਹੁਤ ਸਾਰੇ ਥਾਵਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੁਣ ਸੈਂਸਰਸ ਲਗਾ lata ਤਰਤੀ ਦੇ ਉਹ ਲਗਾਏ ਗਏ ਅਭੀ ਥੋੜਾ ਕੁਝ ਸੈਕਿੰਡ ਪਹਿਲਾਂ ਜਿਹੜਾ ਪਹਚਾਣ ਲਾਉਣ ਤੋਂ ਪਤਾ ਜਿਹੜਾ ਉਹ ਲੱਗੇ ਵੀ ਜਿੰਨੀਆਂ ਵੀ ਜਾਨਾਂ ਬਚ ਸਕਦੀਆਂ ਕੋਈ ਸੇਫਟੀ ਤੇ ਜਿਹੜਾ ਪਹੁੰਚ ਸਕੇ ਪਰ ਤੁਰਕੀ ਦੇ ਵਿੱਚ ਸ਼ਾਇਦ ਇਦਾਂ ਦੀ ਰਿਸਰਚ ਜਿਹੜੀ ਉਹ ਬਹੁਤੀ ਨਹੀਂ ਚੱਲ ਰਹੀ ਉੱਥੇ ਦਾ ਜਿਹੜਾ ਸਕੈਂਡਰਨ ਪੋਰਟ ਆ ਉੱਥੇ ਪਹੁੰਚਾਲ ਤੋਂ ਬਾਅਦ ਅੱਗਾ ਜਿਹੜੀਆਂ ਆ ਉਹ ਕੰਟੇਨਰਾਂ ਦੇ ਵਿੱਚ ਲੱਗ ਗਈਆਂ ਜਿਸ ਨੂੰ ਬੁਝਾਉਣ ਦੇ ਵਿੱਚ ਹੁਣ ਉੱਥੋਂ ਦੇ ਲੋਕ ਜਿਹੜੇ ਉਹ ਲੱਗੇ ਪਏ ਨੇ ਉਹਦੀ ਤਰ੍ਹਾਂ ਜਿਹੜੇ ਸਟੈਕ ਕਿਤੇ ਹੁੰਦੇ ਆ ਕੰਟੇਨਰ ਇੱਕ ਦੇ ਉੱਤੇ ਇੱਕ ਉਹ ਇੱਕਦਮ ਜਿਹੜੇ ਆ ਉਹ ਉਬੜ ਖਾਬੜ ਜਿਹੜੇ ਹੁਣ ਡਿੱਗੇ ਪਏ ਹੈਗੇ ਕੀ ਕਾਰਨ ਰਹੀ ਆ ਇਸ ਸੰਕ ਦੇ ਇਹਦੇ ਬਾਰੇ ਤਾਂ ਅਜੇ ਪਤਾ ਨਹੀਂ ਆ ਮੁਲਕ ਨੂੰ ਆਪਾਂ ਕਹਿ ਸਕਦੇ ਹਾਂ ਜੋ ਸਿੰਧੀ ਅਜੇ ਹਾਲ ਦੀ ਘੜੀ ਕੁਛ ਵੀ ਜਿਹੜਾ ਉਹ ਪਤਾ ਨਹੀਂ ਜਿਹੜਾ ਲੱਗ ਰਿਹਾ ਖੌਫਨਾਕ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਬਿਲਡਿੰਗਾਂ ਦੇ ਡਿੱਗਣ ਦੀਆਂ ਜਿਹੜੀਆਂ ਵੀਡੀਓਜ਼ ਆ ਓਰ ਟਰਕੀ ਤੋਂ ਆ ਰਹੀਆਂ ਨੇ ਤੇ ਇਹ ਇਸ ਟਾਈਮ ਜਿਹੜਾ ਕਹਿ ਸਕਦੇ ਹਾਂ ਰਜੋ ਸਿੰਘ ਜੀ ਵੀ ਬੜਾ ਹਾਲ ਮਾੜੇ ਜਿਹੜੇ ਉਹ ਲੱਗ ਰਹੇ ਆ ਮੰਡੇ ਦਾ ਜਿਹੜਾ ਏਰਥਕਵੇਕ ਆ ਇਸ ਨੂੰ ਵਾਈਟ ਸਵਾਨ ਇਵੈਂਟ ਦੇ ਵਜੋਂ ਜਿਹੜਾ ਉਹ ਆਖਿਆ ਜਾ ਰਿਹਾ ਆ ਸੂਜ਼ਨ ਹੋ ਇੱਕ ਜੀਓਫਿਜ਼ਿਸਿਸਟ ਹੈਗੇ ਨੇ ਯੂਐਸਜੀਐਸ ਯੂਐਸ ਜੀਓਲੋਜੀਕਲ ਸਰਵੇ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਵੀ ਇਹ ਔਨ ਐਵਰੇਜ 100 ਸਾਲ ਬਾਅਦ ਇਦਾਂ ਦਾ ਜਿਹੜਾ ਜੀਓਲੋਜੀਕਲ ਟਰਮਸ ਦੇ ਵਿੱਚ ਬਹੁਤ ਦੇਖਿਆ ਜਾਂਦਾ ਹੈਗਾ ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਦੇਖਣਾ ਪੈਣਾ ਹੈ ਕੈਲੀਫੋਰਨੀਆ ਦੇ ਵਿੱਚ ਵੀ ਇਦਾਂ ਦੀ ਫਿਕਰਮੰਦੀ ਰਹੀ ਸੀ ਓਵਰਪਾਸ ਬ੍ਰਿਜਸ ਜਿਹੜੇ ਆ ਉਹ ਪਲੈਪਸ ਕਰ ਰਹੇ ਸੀਗੇ ਨਾਰਥ ਰੇਜ ਅਰਥ ਤੋਂ ਬਾਅਦ ਦੇ ਵਿੱਚ ਤੇ ਹੁਣ ਉਹਨਾਂ ਨੂੰ ਰੈਟ੍ਰੋਫਿਟ ਕੀਤਾ ਗਿਆ ਹੈ ਵੀ ਭਾਈ ਜੇ ਇਦਾਂ ਦਾ ਪੁਚਾਲ ਦੁਬਾਰੇ ਆਉਂਦਾ ਆ ਤੇ ਉਸ ਨੂੰ ਕਿੱਦਾਂ ਜਿਹੜੇ ਇਹ ਇਨਫਰਾਸਟ੍ਰਕਚਰ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਉਸ ਨੂੰ ਕਿੱਦਾਂ ਜਿਹੜਾ ਉਹ ਬਚਾਇਆ ਜਾ ਸਕੇ ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਆ ਉੱਥੇ ਇੱਕ ਵੀਡੀਓ ਆ ਰਹੀ ਆ ਹਰਜੋਤ ਸਿੰਘ ਜੀ ਅਰਥਕਵੇਕ ਪੁਚਾਲ ਦੇ ਇੱਕ ਬੰਦਾ ਬਚਿਆ ਆ ਪਰ ਉਹ ਜਿਹੜਾ ਕਹਿ ਰਿਹਾ ਵੀ ਮੈਨੂੰ ਘੱਟ ਉਮੀਦ ਆ ਵੀ ਮੇਰੀ ਸ਼ਾਇਦ ਵਾਈਫ ਜਿਹੜੀ ਆ ਘਰ ਵਾਲੀ ਆ ਉਹ ਨਾ ਬਚੀ ਹੋਵੇ ਸੋ ਖੌਫਨਾਕ ਮੰਜ਼ਰ ਲੋਕਾਂ ਨੂੰ ਪਤਾ ਨਹੀਂ ਆ ਉੱਤੋਂ ਜਿਹੜੇ ਹਰਜੋਤ ਸਿੰਘ ਜੀ ਸਿਆਲਾਂ ਦੇ ਉੱਤੇ ਬਹੁਤ ਜ਼ਿਆਦਾ ਠੰਡੇ ਜਿਹੜੇ ਦਿਨ ਆ ਉਹ ਚੱਲ ਰਹੇ ਆ ਮੀਂਹ ਪੈ ਰਿਹਾ ਬਰਫ਼ ਪੈ ਰਹੀ ਆ ਤੇ ਰਾਹਤ ਕਾਰਜਾਂ ਦੇ ਵਿੱਚ ਖਾਸਾ ਵਿਗਨ ਜਿਹੜਾ ਆ ਉਹ ਕਹਿ ਰਿਹਾ ਜੀ ਬਹੁਤ ਸਾਰੇ ਲੋਕਾਂ ਦੇ ਬਚਨ ਦੀ ਵੀ ਖਬਰ ਆ ਰਹੀ ਆ ਗਾਨਾ ਮੁਲਕ ਦਾ ਬਹੁਤ ਹੀ ਮਸ਼ਹੂਰ ਫੁੱਟਬਾਲ ਪਲੇਅਰ ਕ੍ਰਿਸਟੀਅਨ ਐਟਸੂ ਉਹ ਜੀ ਦਾ ਇੱਕ ਜੋ ਮਿੱਟੀ ਦਾ ਗਲਵਾ ਸੀ 11 ਸਟੋਰੀ ਬਿਲਡਿੰਗ ਦੇ ਵਿੱਚ ਰਹਿ ਰਿਹਾ ਸੀ ਟਰਕੀ ਦੇ ਵਿੱਚ ਤੇ 9th ਫਲੋਰ ਦੇ ਉੱਤੇ ਉਹ ਸੀਗਾ ਤੇ ਉਹ ਪੂਰੀ ਦੀ ਪੂਰੀ ਬਿਲਡਿੰਗ ਦੇ ਥੱਲੇ ਦੱਬ ਗਿਆ ਸੀ ਸੋ ਸਕਸੈਸਫੁਲੀ ਉਸ ਨੂੰ ਉੱਥੋਂ ਕੱਢ ਲਿਆ ਗਿਆ ਤੇ ਉਹਦਾ ਜਿਹੜਾ ਇਲਾਜ ਆ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ ਗਾਨੀਨ ਐਫਏ ਨੇ ਇਹ ਟਵਿੱਟਰ ਦੇ ਉੱਤੇ ਪੋਸਟ ਕੀਤਾ ਹੈ 800 ਹਾਇਤਿਆਪੁਰ ਦੇ ਲਈ ਖੇਲਦਾ ਸੀ ਟਰਕੀ ਦੇ ਵਿੱਚ ਤੇ ਉਸਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਕੋਰ ਵੀ ਕੀਤੇ ਸੀ ਤੇ ਹੋਰ ਵੀ ਵਕ ਵਕ کلبਾਂ ਦੇ ਵਿੱਚ ਉਹ ਖੇលਦਾ ਰਿਹਾ ਹੈਗਾ ਆ ਸੋ ਇਸੇ ਤਰ੍ਹਾਂ ਹੋਰ ਵੀ ਕਈ ਬੱਚਿਆਂ ਦੇ ਬਚਣ ਦੀ ਖਬਰ ਵੀ ਆ ਰਹੀ ਆ ਜਿਨ੍ਹਾਂ ਨੂੰ ਰੋਬਲ ਦੇ ਵਿੱਚੋਂ ਕੱਢਿਆ ਗਿਆ ਹੈਗਾ ਯੂਐਸ ਦੀ ਐਮਬੈਸੀ ਜੋ ਅੰਕਾਰਾ 터ਕੀ ਦੇ ਵਿੱਚ ਆ ਉੱਥੇ ਜੋ ਅਮਰੀਕਨ ਫਲੈਗ ਆ ਉਸ ਨੂੰ ਲੋਅਰ ਕਰ ਦਿੱਤਾ ਗਿਆ ਹੈ ਤਾਂ ਕਿ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਕਟਮਸ ਹੈਗੇ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ 터ਕਿਸ਼ ਪ੍ਰੈਜ਼ੀਡੈਂਟ ਰੈਸੇਫ ਐਰਦੋਗਨ ਨੇ 7 ਦਿਨਾਂ ਦੀ ਮਾਰਨਿੰਗ ਜੋ ਆ ਆਪਣੇ ਮੁਲਕ ਦੇ ਵਿੱਚ ਡਿਕਲੇਅਰ ਕੀਤੀ ਆ ਤੇ 3 ਮਹੀਨੇ ਲਈ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਹੈਗੀ ਆ ਸੋ ਲਗਭਗ ਦੁਨੀਆ ਦਾ ਹਰ ਇੱਕ ਮੁਲਕ ਇਹ ਦੋਨੋਂ ਹੀ ਜਗ੍ਹਾ ਦੇ ਉੱਤੇ ਸੀਰੀਆ ਤੇ ਤੁਰਕੀ ਦੀ ਸਪੋਰਟ ਕਰ ਰਿਹਾ ਸੀਰੀਆ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਜੋ ਏਡ ਦਿੰਦੇ ਆ ਉਹਨਾਂ ਦੇ ਲਈ ਆ ਰਹੀ ਹੈ ਕਿਉਂਕਿ ਸੜਕਾਂ ਟੁੱਟੀਆਂ ਆ ਤੇ ਆਲਰੇਡੀ ਉੱਥੇ ਜਿਹੜੀ ਗਵਰਨ ਟੌਰਨ ਉਹ ਮੁਲਕ ਹੈਗਾ ਤੇ ਜਿਹੜੇ ਪਾਸੇ ਇੰਨਾ ਜ਼ਿਆਦਾ ਪਚਾਲ ਆਇਆ ਉੱਥੇ ਉਹ ਆਪੋਜੀਸ਼ਨ ਹੈਲਡ ਏਰੀਆ ਆ ਤੇ ਲੋਕਾਂ ਦੀ ਉੱਥੇ ਪਹਿਲੀਆਂ ਵਿਚਾਰਿਆਂ ਦੀ ਬਹੁਤ ਮਾੜੀ ਹਾਲਤ ਹੈਗੀ ਆ ਹਿਊਮਨਿਟੇਰੀਅਨ ਰਿਲੀਫ 에ਅਰਕ੍ਰਾਫਟਸ ਜੋ ਸਪੈਸ਼ਲਿਸਟ ਡਾਕਟਰਸ ਸਾਰੇ ਲੈ ਕੇ ਜਾ ਰਹੇ ਹੈਗੇ ਆ ਕਹਿੰਦੇ ਪਈ ਇੱਕ ਤਾਂ ਪਹਿਲਾਂ ਹੁਣ ਯੂਕਰੇਨ ਦੇ ਵਿੱਚ ਟੀਵੱਟੀ ਪ੍ਰੋਬਲਮ ਚੱਲ ਰਹੀ ਆ ਉਧਰ ਵੀ ਬਹੁਤ ਸਾਰੇ ਹਿਊਮਨਿਟੇਰੀਅਨ ਗਰੁੱਪ ਕੰਮ ਕਰ ਰਹੇ ਆ ਤੇ ਹੁਣ ਇੱਧਰ ਵੀ ਉਹਨਾਂ ਨੂੰ ਜਿਹੜਾ ਕੰਮ ਕਰਨਾ ਪੈਣਾ ਜਿਸ ਤਰ੍ਹਾਂ ਕੱਲ ਆਪਾਂ ਦੱਸਿਆ ਸੀ ਨਿਊਕਲੀਅਰ ਪਾਵਰ ਪਲਾਂਟ ਜੋ ਟਰਕੀ ਦੇ ਵਿੱਚ ਹੈਗਾ ਆ ਮਰਸਨ ਪ੍ਰਵਿੰਸ ਦੇ ਵਿੱਚ ਲਗਭਗ 200 ਮੀਲ ਐਪੀ ਸੈਂਟਰ ਜਿੱਥੇ ਹੜਤਕ ਹੋਇਆ ਸੀ ਉਤੋਂ ਦੂਰ ਆ ਗਾਜ਼ੀਅਨ ਟੈਪ ਤੋਂ ਤੇ ਉਹਨਾਂ ਨੇ ਇਹ ਕਿਹਾ ਵੀ ਉੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਹੈ ਸਾਊਥ ਕੋਰੀਆ ਨੇ ਵੀ ਰੈਸਕਿਊ ਵਰਕਰਸ ਤੇ ਮੈਡੀਕਲ ਏਡ ਟਰਕੀ ਨੂੰ ਭੇਜੀ ਹੈਗੀ ਆ ਸੋ ਇਸੇ ਤਰ੍ਹਾਂ ਇੰਡੀਆ ਨੇ ਵੀ ਜਿਹੜੀ ਮੈਡੀਕਲ ਏਡ ਆ ਉੱਥੇ ਭੇਜੀ ਸੀ ਜੀ ਬਿਲਕੁਲ ਕਾਫੀ ਸਥਿਤੀ ਜਿਹੜੀ ਇਦਾਂ ਦੀ ਆ ਯੂਐਸਟੀ ਐਂਬੈਸੀ ਜਿਹੜੀ ਅੰਕਾਰਾ ਤੁਰਕੀ ਦੇ ਵਿੱਚ ਆ ਉਹਨਾਂ ਨੇ ਆਪਣਾ ਜਿਹੜਾ ਝੰਡਾ ਹੈ ਉਹ ਹਾਫ ਸਟਾਫ ਦੇ ਉੱਤੇ ਜਿਹੜਾ ਖਿਪਾਇਆ ਸ਼ਰਧਾਂਜਲੀ ਦੇ ਰੂਪ ਤੇ ਵਿੱਚ ਤੁਰਕੀ ਦੇ ਜਿਹੜੇ ਰਾਸ਼ਟਰਪਤੀ ਹੈ ਡੋਗਨ ਉਹਨਾਂ ਨੇ 7 ਦਿਨਾਂ ਦੀ ਮਾਰਨਿੰਗ 7 ਦਿਨਾਂ ਦਾ ਐਕਸਰਡੀਨਲ ਮਾਤਮ ਹੀ ਕਹ ਲੋ ਵੀ ਉੱਥੇ ਮੁਲਕ ਦੇ ਵਿੱਚ ਐਲਾਨ ਕੀਤਾ ਆ ਇਸ ਨੈਚੁਰਲ ਜਿਹੜੀ ਡਿਜ਼ਾਸਟਰ ਆ ਉਸ ਤੋਂ ਬਾਅਦ ਦੇ ਵਿੱਚ ਸੋ ਇਹ ਜਿਹੜੀ ਚੀਜ਼ ਐ ਇਸ ਟਾਈਮ ਹੋ ਰਹੀ ਆ ਸਰੀਆ ਦੀ ਸਰਕਾਰ ਵੀ ਜਿਹੜੀ ਹੈ ਇਸ ਟਾਈਮ ਉਹਨਾਂ ਨੂੰ ਕਹਿ ਰਹੀ ਅਭੀ ਦੁਨੀਆ ਭਰ ਦੇ ਵਿੱਚੋਂ ਮਦਦ ਦੀ ਵਹਾਰ ਜਿਹੜੀ ਉਹ ਲੱਗ ਰਹੀ ਹੈ ਉਹਨਾਂ ਨੂੰ ਮਦਦ ਜਿਹੜੀ ਉਹ ਭੇਜੀ ਜਾ ਰਹੀ ਹੈਗੀਆ ਸੋ ਹੁਣ ਹਜੋ ਸਿੰਘ ਜੀ ਜਿਹੜੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਉਹਨਾਂ ਨੂੰ ਰੱਖਣ ਦੇ ਲਈ ਮੇਕਸ਼ਿਫਟ ਅਕਮੋਡੇਸ਼ਨ ਰਿਫਿਊਜੀਆ ਦੇ ਤੌਰ ਦੇ ਉੱਤੇ ਜਿਹੜਾ ਹੁਣ ਉਹਨਾਂ ਨੂੰ ਰਹਿਣਾ ਪਊਗਾ ਤੇ ਜਿਹੜੇ ਆਲਰੇਡੀ ਤੁਰਕੀ ਦੇ ਵਿੱਚ ਸਰੀਆ ਵਾਲੇ ਰਿਫਿਊਜੀ ਦੇ ਤੌਰ ਦੇ ਉੱਤੇ ਰਹਿ ਰਹੇ ਸੀ ਉਹਨਾਂ ਦਾ ਵੀ ਪਤਾ ਨਹੀਂ ਅੱਗੇ ਕੀ ਜਿਹੜਾ ਉਹ ਬਣਨਾ ਹੈਗਾ ਆ ਸੋ ਇਹ ਐਸ ਟਾਈਮ ਲੇਟੈਸਟ ਜਿਹੜੀ ਆ ਹਰਜੋ ਸਿੰਘ ਜੀ ਅਪਡੇਟ ਜਿਹੜੀ ਆ ਰਹੀ ਹੈ ਤੇ ਜਿਹੜੇ ਤੁਰਕੀ ਵਾਲੇ ਆ ਜਿਹੜੇ ਕ੍ਰਿਟੀਕਲੀ ਇੰਜਰਡ ਆ ਉਹਨਾਂ ਨੂੰ ਆਪਣੇ ਕੈਪੀਟਲ ਦੇ ਵਿੱਚ ਅੰਕਾਰਾ ਜਿਹੜੀ ਤੁਰਕੀ ਦੀ ਕੈਪੀਟਲ ਆ ਉੱਥੇ ਘੱਲ ਰਹੇ ਆ ਉਹਨਾਂ ਦੇ ਇਲਾਜ ਦੇ ਜਿਹੜੇ ਲਈ ਐਲ.ਏ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਦੇ ਦੁਆਰਾ ਸਰਚ ਤੇ ਰੈਸਕਿਊ ਟੀਮਾਂ ਉਹਨਾਂ ਨੂੰ ਆਲਰੇਡੀ ਜਿਹੜਾ ਉਧਰ ਨੂੰ ਕਲ ਦਿੱਤਾ ਹੈਗਾ ਆ ਸੋ ਉਧਰ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਉਹਨਾਂ ਨੇ ਤਕਰੀਬਨ 7 ਮਿਲੀਅਨ ਡਾਲਰ ਦੀ ਹਿਮੈਨਿਟਰੀਅਨ ਏਡ ਰੈੱਡ ਕਰਾਸ ਦੇ ਜ਼ਰੀਏ ਇਹਨਾਂ ਮੁਲਕਾਂ ਨੂੰ ਕਲ ਦਿੱਤੀ ਆ ਵਰਲਡ ਆਰਗੇਨਾਈਜੇਸ਼ਨ ਦੇ ਦੁਆਰਾ ਤਿੰਨ ਚਾਰਟਰ ਫਲਾਈਟਾਂ ਮੈਡੀਕਲ ਸਪਲਾਈ ਦੇ ਨਾਲ ਭਰੀਆਂ ਤੁਰਕੀ ਤੇ ਸਰੀਆ ਨੂੰ ਜਿਹੜੀਆਂ ਆ ਉਹ ਗਈਆਂ ਹੈਗੀਆਂ ਸੋ ਤਿੰਨ ਜਿਹੜੇ ਹਰਜੋਤ ਸਿੰਘ ਜੀ ਪਹੁੰਚਾ ਲਏ ਪਹਿਲਾ ਜਿਹੜਾ ਮੇਜਰ 7.8 ਦਾ ਉਸ ਤੋਂ ਬਾਅਦ ਆਫਟਰ ਸ਼ੌਕ 6. ਕੁਛ ਦਾ ਤੇ ਫਿਰ 11 ਮਿੰਟ ਬਾਅਦ 7.5 ਦਾ ਇੱਕ ਹੋਰ ਜਿਹੜਾ ਉਪਚਾਲ ਆਇਆ ਸੋ ਉਹਦੇ ਨਾਲ ਕੀ ਹੋਇਆ ਜਿਹੜੀਆਂ ਬਿਲਡਿੰਗਾਂ ਪਹਿਲੀ ਵਾਰੀ ਬਚ ਗਈਆਂ ਤਰੇੜਾਂ ਆਈਆਂ ਉਹ ਦੂਜੇ ਤੀਜੇ ਜਿਹੜੇ ਛਟਕੇ ਦੇ ਵਿੱਚ ਉਹ ਵੀ ਬਾਅਦ ਦੇ ਵਿੱਚ ਡਿੱਗ ਗਈਆਂ ਸੋ 5000 ਨੂੰ ਪਾਰ ਜਿਹੜਾ ਮਰਨ ਵਾਲਿਆਂ ਦੀ ਸੰਖਿਆ ਆਲਰੇਡੀ ਕਰ ਚੁੱਕੀ ਆ ਸੋ ਹੁਣ ਆ ਆਪਾਂ ਜਿਹੜਾ ਹਰਜੋਤ ਸਿੰਘ ਜੀ ਦੂਜੀਆਂ ਖਬਰਾਂ ਵੱਲੋਂ ਵੀ ਜਿਹੜਾ ਉਹ ਵਧਣਾ ਹੈ ਜਿਉਂ-ਜਿਉਂ ਅਪਡੇਟਸ ਆਉਣਗੇ ਉਹ ਆਪਾਂ ਦੱਸਾਂਗੇ 11ਵੀਂ ਸਦੀ ਦਾ ਜਿਹੜੇ ਹਰਜੋਤ ਸਿੰਘ ਜੀ ਕਿਲੇ ਸੀ ਉਹ ਵੀ ਇਸ ਅਰਥਕ ਕੁਏਕ ਦੇ ਵਿੱਚ ਤੇ ਟੈਰੀ ਹੋ ਗਏ ਯੂਨੈਸਕੋ ਦੀ ਇੱਕ ਵਰਲਡ ਹੈਰੀਟੇਜ ਸਾਈਟ ਆ ਇੱਕ ਸਰੀਆ ਦੇ ਵਿੱਚ ਤੇ ਇੱਕ ਤੁਰਕੀ ਦੇ ਵਿੱਚ ਉਹ ਦੋਨੋਂ ਹੀ ਜਿਹੜੇ ਆ ਉਹਨਾਂ ਨੂੰ ਕਾਫੀ ਨੁਕਸਾਨ ਇਸ ਦੇ ਵਿੱਚ ਪਹੁੰਚਿਆ ਹੈਗਾ ਆ ਸੋ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹਰਜੋ ਸਿੰਘ ਜੀ ਇਹ ਇਹ ਇਨਾਂ ਨੇ ਕਰ ਦਿੱਤਾ ਆ ਤੁਰਕੀ ਦੇ ਕਈ 에ਅਰਪੋਰਟ ਜਿਹੜੇ 에어ਪੋਰਟ ਜਿਹੜੇ ਕਿ ਆ ਗਿਜ਼ਾਂਟਾਪ ਮਲਟਾਇਆ ਤੇ ਕਹਰਮਾਨਾਰ ਦੇ ਵਿੱਚ ਉਹਨਾਂ ਨੂੰ ਹਾਲ ਦੀ ਘੜੀ ਕਹਿੰਦੇ ਆ ਵੀ ਉਹ ਬੰਦ ਵੀ ਕੀਤਾ ਹੈ ਉਸ ਫਲਾਈਟਾਂ ਜਿਹੜੀਆਂ ਚੱਲ ਰਹੀਆਂ ਆ ਹਿਊਮੈਨਿਟੇਰੀਅਨ ਤੇ ਰੈਸਕਿਊ ਆਪਰੇਸ਼ਨ ਵਾਲੀਆਂ ਓਦਾਂ ਜਿਹੜੀਆਂ ਸਿਵਿਲਿਅਨ ਫਲਾਈਟਸ ਆ ਉੱਥੇ ਉਹਨਾਂ ਨੇ ਬੰਦ ਕਰ ਦਿੱਤੀਆਂ